ਸਤਿ ਸ਼੍ਰੀ ਅਕਾਲ ਜੀ। ਬੈਂਕ ਦੀਆਂ ਛੁੱਟੀਆਂ ਦੀ ਡਿਟੇਲ ਦੇਣ ਜਾ ਰਿਹਾ ਜੀ ਤੁਹਾਨੂੰ। ਦੱਸ ਦਿਓ ਜੂਨ ਮਹੀਨੇ ਵਿੱਚ 12 ਦਿਨ ਜਿਹੜੇ ਬੈਂਕ ਬੰਦ ਰਹਿਣਗੇ, ਕਿੱਥੇ ਕਿੱਥੇ ਬੈਂਕ ਬੰਦ ਰਹਿਣਗੇ ਜੀ ਇਸ ਮਹੀਨੇ? ਜੀ 12 ਦਿਨ ਜਿਹੜੇ ਬੈਂਕ ਬੰਦ ਰਹਿਣਗੇ। 2-2 ਹਜ਼ਾਰ ਰੁਪਏ ਦੇ ਨੋਟ ਤੁਸੀਂ ਬਦਲ ਸਕਦੇ ਹੋ ਇਹਨਾਂ 12 ਦਿਨਾਂ ਤੋਂ ਬਾਅਦ ਬਾਅਦ ਜੀ। ਤੁਹਾਨੂੰ ਦੱਸ ਦਿਓ ਜੀ ਬੈਂਕ ਵਿੱਚ ਛੁੱਟੀਆਂ ਦਾ ਵੇਰਵਾ ਤੁਸੀਂ ਇਸ ਡਿਟੇਲ ਦਿੱਤੀ ਗਈ ਹੈ। 2 ਜੂਨ 2023 ਨੂੰ ਸ਼ੁੱਕਰਵਾਰ ਤੇਲੰਗਾਨਾ ਗਠਨ ਦਿਵਸ 'ਤੇ ਤੇਲੰਗਾਨਾ ਦੇ ਵਿੱਚ ਛੁੱਟੀ ਹੈ। 4 ਜੂਨ ਨੂੰ ਐਤਵਾਰ, ਠੀਕ ਹੈ ਜੀ, ਕਰਕੇ ਸਾਰੇ ਪੂਰੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਚੰਡੀਗੜ੍ਹ ਸਾਰੇ ਕਿਤੇ ਛੁੱਟੀ ਹੈ। 10 ਜੂਨ ਦੀ ਗੱਲ ਕਰੀਏ ਤਾਂ ਦੂਜਾ ਸ਼ਨੀਵਾਰ ਕਰਕੇ ਪੂਰੇ ਭਾਰਤ ਦੇ ਵਿੱਚ ਛੁੱਟੀ ਹੈ। 11 ਜੂਨ ਨੂੰ ਐਤਵਾਰ ਵੀਕਐਂਡ ਦੀ ਛੁੱਟੀ ਕਰਕੇ ਪੂਰੇ ਭਾਰਤ ਦੇ ਵਿੱਚ ਛੁੱਟੀ ਹੈ। 14 ਜੂਨ ਨੂੰ ਬੁੱਧਵਾਰ ਪਹਿਲੀ ਰਾਜ ਉੜੀਸਾ ਦੇ ਵਿੱਚ ਛੁੱਟੀ ਹੈ ਆਉਣ ਲਈ। 15 ਜੂਨ ਨੂੰ ਵੀਰਵਾਰ ਰਾਜ ਸੰਕ੍ਰਾਂਤੀ ਦਿਵਸ ਉੜੀਸਾ ਦੇ ਵਿੱਚ, ਮਿਜ਼ੋਰਮ ਦੇ ਵਿੱਚ ਹੀ ਛੁੱਟੀ ਹੈ, ਬਾਕੀ ਪੂਰਾ ਪੰਜਾਬ ਦੇ ਵਿੱਚ ਬੈਂਕ ਖੁੱਲ੍ਹੇ ਰਹਿਣਗੇ। ਉਸ ਤੋਂ 15 ਜੂਨ ਨੂੰ ਵੀਰਵਾਰ ਗੁਰੂ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੰਮੂ ਕਸ਼ਮੀਰ ਕਰਕੇ ਛੁੱਟੀ ਹੈ ਜੀ। 18 ਜੂਨ ਨੂੰ ਐਤਵਾਰ ਵੀਕਐਂਡ ਦੀ ਛੁੱਟੀ ਪੂਰੇ ਭਾਰਤ ਵਿੱਚ ਹੈ। 20 ਜੂਨ ਨੂੰ ਮੰਗਲਵਾਰ ਰਾਤਰਾ ਜਿਹੜੀ ਉੜੀਸਾ ਦੀ ਛੁੱਟੀ ਹੈ। 24 ਜੂਨ ਨੂੰ ਸ਼ਨੀਵਾਰ, ਚੌਥਾ ਸ਼ਨੀਵਾਰ ਪੂਰੇ ਭਾਰਤ ਦੀ ਛੁੱਟੀ ਹੈ। 25 ਜੂਨ ਨੂੰ ਐਤਵਾਰ ਕਰਕੇ ਵੀਕਐਂਡ ਦੀ ਪੂਰੇ ਭਾਰਤ ਦੀ ਛੁੱਟੀ ਹੈ। 29 ਜੂਨ ਨੂੰ ਜਿਹੜੀ ਬਕਰੀਦ, ਈਦ ਉਲ ਅਦਹਾ ਦੇ ਕਰਕੇ ਕੁਝ ਰਾਜਾਂ ਨੂੰ ਛੱਡ ਕੇ ਪੂਰੇ ਭਾਰਤ ਵਿੱਚ ਛੁੱਟੀ ਹੈ ਜੀ। 30 ਜੂਨ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਵੀ ਛੁੱਟੀ ਹੈ ਜੀ ਜੰਮੂ ਕਸ਼ਮੀਰ ਦੇ ਵਿੱਚ। 30 ਜੂਨ ਨੂੰ ਸ਼ੁੱਕਰਵਾਰ ਰੇਨਮਾ ਨੀਮੁਰਜ਼ੋਰਮ ਦੇ ਵਿੱਚ ਛੁੱਟੀ ਹੈ ਜੀ ਬੈਂਕਾਂ ਦੀ। ਤਾਂ ਬਾਕੀ ਪੂਰੇ ਪੰਜਾਬ ਦੇ, ਪੂਰੇ ਆਲ ਓਵਰ ਪਰ ਭਾਰਤ ਦੇ ਵਿੱਚ, ਠੀਕ ਹੈ ਜੀ, ਬਾਕੀ ਦਿਨ ਬੈਂਕ ਜਿਹੜੇ ਖੁੱਲ੍ਹੇ ਰਹਿਣਗੇ ਜੀ। ਤੁਸੀਂ ਪੈਸੇ ਬਦਲਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।